ਸਾਡੇ ਸਕੂਲ ਦਾ ਬੱਚਾ ਨਾਮ ਸ਼ਸ਼ੀ ਕਲਾਸ 10th ਏ ਤੇ ਪਹਿਲਾਂ ਇਸ ਬੱਚੇ ਨੇ ਸਟੇਟ ਲੈਵਲ ਤੇ 3 ਕਿਲੋਮੀਟਰ ਵਾਕ ਵਿੱਚ ਗੋਲਡ ਮੈਡਲ ਜਿੱਤਿਆ ਤੇ ਫਿਰ ਉਸ ਤੋਂ ਬਾਅਦ ਇਹਦੀ ਸਿਲੈਕਸ਼ਨ ਹੋਈ ਨੈਸ਼ਨਲ ਵਿੱਚ ਤੇ ਬੱਚਾ 36ਵੀਂ ਓਪਨ ਅਥਲੈਟਿਕ ਮੀਟ ਵਿੱਚ ਇਸ ਦੀ ਸਿਲੈਕਸ਼ਨ ਅਸਾਮ ਗੁਹਾਟੀ ਵਿੱਚ ਹੋਈ ਆ ਤੇ ਉੱਥੇ ਬੱਚਾ ਸਾਡਾ ਸਿਲਵਰ ਮੈਡਲ ਲੈ ਕੇ ਆਇਆ। ਸਰ ਮੈਂ ਇਸ ਬੱਚੇ ਤੇ ਮੈਨੂੰ ਬਹੁਤ ਮਾਣ ਹੈ ਤੇ ਮੈਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੀ ਹਾਂ ਤੇ ਮੇਰੀ ਹੋਰ ਬੱਚਿਆਂ ਨੂੰ ਵੀ ਇਹੀ ਮੋਟੀਵੇਸ਼ਨ ਹੈ ਕਿ ਉਹ ਬੱਚੇ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਕਿਉਂਕਿ ਸਾਡੇ ਗੁਰੂ ਜੀ ਨੇ ਵੀ ਕਿਹਾ ਕਿ ਹੱਸਣ ਖੇਡਣ ਮਨ ਦਾ ਚਾਓ ਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਬੱਚੇ ਵੱਧ ਤੋਂ ਵੱਧ ਕਿਸੇ ਵੀ ਪੋਜੀਸ਼ਨ ਤੇ ਜਾ ਸਕਦੇ ਆ, ਕੋਈ ਵੀ ਨੌਕਰੀ ਜਿਹੜੀ ਉਹ ਹਾਸਲ ਕਰ ਸਕਦੇ। ਮੇਰਾ ਨਾਮ ਸ਼ਸ਼ੀ ਹੈ, ਮੈਂ 10th A ਦੀ ਵਿਦਿਆਰਥਣ ਹਾਂ ਅਤੇ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਤਲਾਣੀਆ ਹੈ। ਮੈਂ ਪਹਿਲਾਂ ਸੰਗਰੂਰ ਗਈ ਸੀ ਖੇਡਣ ਸਟੇਟ ਲੈਵਲ 'ਤੇ, ਮੇਰਾ ਗੋਲਡ ਮੈਡਲ ਆਇਆ ਅਤੇ ਫਿਰ ਮੇਰੇ ਨੈਸ਼ਨਲ 'ਤੇ ਸਿਲੈਕਸ਼ਨ ਹੋਈ। ਫਿਰ ਮੈਂ ਉੱਥੇ ਅਸਾਮ ਗੁਹਾਟੀ ਖੇਡਣ ਗਈ, ਉੱਥੇ ਫਿਰ 36ਵੇਂ ਨੈਸ਼ਨਲ ਹੋਇਆ ਸੀਗਾ, ਉੱਥੇ ਫਿਰ ਮੈਂ ਸਿਲਵਰ ਮੈਡਲ ਹਾਸਿਲ ਕੀਤਾ। ਮੈਂ ਇਹੀ ਚਾਹੁੰਦੀ ਹਾਂ ਕਿ ਮੈਂ ਆਪਣੇ ਸਕੂਲ ਨੂੰ ਅੱਗੇ ਲੈ ਕੇ ਜਾਵਾਂ ਅਤੇ ਵੱਧ ਤੋਂ ਵੱਧ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਾਂ। ਕਿੰਨੇ ਕੁ ਟਾਈਮ ਤੋਂ ਤੁਸੀਂ ਖੇਡ ਰਹੇ ਹੋ ਗੇਮ? ਮੈਨੂੰ ਹਲੇ 2017 ਤੋਂ ਖੇਡ ਰਹੀ। ਕਿੱਥੇ ਪ੍ਰੈਕਟਿਸ ਕਰਦੇ ਜ਼ਿਆਦਾ? ਬੰਦਾ ਬਹਾਦਰ ਸਿੰਘ ਕਾਲਜ।